ਨਾ ਹੁਣ ਵਿੱਚ ਚੈੱਕ ਕਰ ਲਾ ਪਹਿਲਾਂ ਦਾ ਨੋਟ ਲਾ ਅਹਿਮਦ ਮਦਾਰੀ ਵਾਲਾ ਉਹ ਖਲੋ ਜਾ ਉਹ ਗਈ 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 ਹੈਲੋ ਜੀ ਅਸਲਾਮ ਵਾਲੀਕੁਮ ਦੋਸਤੋ ਆਪਕਾ ਮੇਜ਼ਬਾਨ ਅਹਿਮਦ ਖਾਨ ਆਪ ਦੇਖ ਰਹੇ ਇਨਸ਼ਾਲ ਖਾਨ ਲੋਕ ਚੈਨਲ ਤੋਂ ਇਸੇ ਸਬਸਕ੍ਰਾਈਬ ਕਰਦੇ ਫੇਸਬੁੱਕ ਪਰ ਦੇ ਰਹੇ ਮਾੜੇ ਪੇਜ ਕੋ ਫਾਲੋ ਕਰ ਲਏ ਸੁਬਹ ਸੁਬਹ ਆਉਂ ਬਾਹਰ ਆਪਣਾ ਲਸਣ ਦੇਖਣੇ ਆਲੂ ਵੀ ਦੇਖਣੇ ਵੈਲਕਮ ਔਰ ਯੇ ਅਬਦੁੱਲਾ ਆ ਰਿਹਾ ਜੀ ਪਿੱਛੇ ਕਾਸਮ ਆ ਰਿਹਾ ਜੀ ਅਬਦੁੱਲਾ ਜੀ ਕੀ ਹਾਲ ਹੈ ਠੀਕ ਹੋ ਠੀਕ ਠਾਕ ਹੋ ਕਿੱਧਰ ਸੇ ਆਏ ਹੋ ਉਧਰ ਸੇ ਆਏ ਹਾਂ ਕੀ ਕਰ ਰਹੇ ਸੈਰ ਸੁਰ ਕਰਕੇ ਕਿੱਧਰ ਸੇ ਬੰਦ ਸੇ ਬੰਦ ਯੇ ਤੋਂ ਨੀਚੇ ਕਰੋ ਨਾ ਆਪਕਾ ਨਜ਼ਰ ਯੇ ਕੈਸੇ ਹੈ ਸਿਰ ਪੇ ਮੈਨੂੰ ਲਗਾਓ ਨਾ ਸਰਦੀ ਲੱਗ ਰਹੀ ਹੈ ਬਹੁਤ ਜ਼ਿਆਦਾ ਧੂਪ ਨਿਕਲੀ ਹੋਈ ਹੈ ਆਪ ਕੰਮ ਕੀ ਕਰਦੇ ਹੋ ਵਿਹਲੇ ਹੀ ਹੋ ਜੀ ਮੈਂ ਡੰਗਾ ਰੱਖ ਰਿਹਾ ਇਹ ਚਾਰ ਚਾਰ ਹਾਂਜੀ ਔਰ ਬੱਕਰੀਆਂ ਬੱਕਰੀਆਂ ਦੋ ਉਹ ਹੀ ਕੰਮ ਕਰਦੇ ਹੋ ਬਸ ਔਰ ਯੇ ਮੈਂ ਆਲੂ ਦਿਖਾਣੇ ਆਇਆ ਥਾ ਯੇ ਪੰਜ ਸੱਤ ਦਿਨ ਯੇ ਕਬ ਨਿਕਲਨੇ ਹੈ ਓਲਾ ਦੇਣਾ ਫਿਰ 10 ਦਿਨ ਬਾਅਦ ਨਿਕਲਣਗੇ 10 ਦਿਨ ਬਾਅਦ ਡੂ ਦੇ ਦਿਖ ਰਹਾ ਥਾ ਮੁਝੇ ਉਹ ਦੇਖੇ ਲਸਣ ਕੀ ਕੀ ਸੂਰਤ ਹੈ ਲਸਣ ਵੀ ਬਤਾ ਦੋ ਆਪ ਲਸਣ ਠੀਕ ਹੈ ਲਸਣ ਠੀਕ ਹੈ ਇਹ ਲਸਣ ਹੈ ਜੀ ਮਾਸ਼ਾਅੱਲਾ ਮਾਸ਼ਾਅੱਲਾ ਨਿਕਲ ਆ ਰਹਾ ਥੋੜਾ ਥੋੜਾ ਨਹੀਂ ਬਹੁਤ ਹੋ ਰਿਹਾ ਡੀਲਾ ਕਿਸੇ ਕਹਤੇ ਹੈ ਡੀਲਾ ਯੇ ਵਾਲਾ ਲਾਓ ਨਾ ਇੱਕ ਯੇ ਵਾਲਾ ਡੀਲਾ ਯੇ ਡੀਲਾ ਹੋਤਾ ਹੈ ਵਾਪਸੀ ਮੈਂ ਜਾਣ ਲੱਗਾ ਹੂੰ ਘਰ ਆਪ ਹੀ ਚਲੋ ਚਲੇ ਘਰ ਚਲਤੇ ਹੈ ਜਾ ਕੇ ਨਾਸ਼ਤਾ ਨੁਸ਼ਤਾ ਕਰਤੇ ਹੈ ਸੁਬਹ ਕਾ ਸ਼ੁਗਲ ਵੁਗਲ ਇਨਕੇ ਸਾਥ ਥੋੜਾ ਸਾ ਲਗਾ ਨਾਸ਼ਤਾ ਕਰਕੇ ਫਿਰ ਬਾਅਦ ਮੈਂ ਇੱਕ ਦੋ ਘੰਟਾ ਦੁਕਾਨ ਪਰ ਬੈਠਣਾ ਹੈ ਚਾਚੂ ਜੀ ਨੇ ਜਾਣਾ ਹੈ ਗੋਂਗਲੂ ਲੈਣੇ ਆਪਕੋ ਪਤਾ ਹੈ ਅੱਜ ਕੱਲ ਕਾ ਕਾਮ ਹੈ ਗੋਂਗਲੂ ਕੋ ਆਗੇ ਖਤਮ ਹੋ ਜਾਣੇ ਹੈ ਗੋਂਗਲੂ ਯੇ ਆਪਕਾ ਮਰ ਕਿਸਕਾ ਬਟੂਆ ਓਹ ਪਕੜ ਲੋ ਪੈਸੇ ਨਾ ਹੁਣ ਵਿੱਚ ਚੈੱਕ ਕਰ ਲਾ ਨੋਟ ਚਲ ਸਾਈਡ ਕੋ ਆਤਾ ਹੈ ਜੀ ਹਮਾਰੀ ਪਹਿਲੀ ਕੋ ਰਾਹ ਸੁਬਹ ਕਾ ਨਾਸ਼ਤਾ ਗਰਮ ਗਰਮ ਚਿਕਨ ਔਰ ਜੀ ਜਲਦੀ ਕਰਤੀ ਹੈ ਜੀ ਦੁਕਾਨ ਪਰ ਬੈਠਾ ਹੂੰ ਕਾਸਮ ਮੇਰੇ ਸਾਥ ਆ ਗਿਆ ਤੋ ਯਾਰ ਇੱਕ ਮੈਨੇ ਆਪਕੋ ਬਾਤ ਬਤਾਨੀ ਥੀ ਕਿ ਜੋ ਭੱਬੂ ਵਾਲੀ ਵੀਡੀਓ ਆਪਨੇ ਪਿੱਛੇ ਮੇਰੇ ਵਲੌਗ ਮੈਂ ਜਿਨ੍ਹਾਂ ਨੇ ਨਹੀਂ ਦੇਖੀ ਦੇਖ ਲੇ ਤੋ ਹਮਾਰੀ ਗਲੀ ਮੇ ਸਭ ਕੇ ਭੱਬੂ ਨਿਕਲੇ ਇਤਨੇ ਇਤਨੇ ਮੂੰਹ ਸਜਾਏ ਹੋਏ ਆ ਤੋ ਮੈਂ ਦੇਖ ਰਿਹਾ ਮੈਂ ਫਜ਼ਾਨ ਕੋ ਸਕੂਲ ਨਾ ਜਾਓ ਹਮਦ ਕਹਿ ਰਿਹਾ ਤਾਂ ਸਕੂਲ ਮੈਂ ਜਿਤਨੇ ਬੱਚੇ ਹੋਣਗੇ ਤੋ ਤਕਰੀਬਨ ਮੈਸੇ 60% ਭੱਬੂ ਨਿਕਲੇ ਹੋਏ ਹਰ ਕਿਸੇ ਕੇ ਹਾਂ ਹਰ ਕਿਸੇ ਕੇ ਭੱਬੂ ਨਿਕਲ ਰਹੇ ਹੈ ਹਮਾਰੇ ਇਧਰ ਮਹੱਲੇ ਮੈਂ ਪਤਾ ਨਹੀਂ ਕਿਆ ਮਸਲਾ ਸਕੂਲ ਇਨਕਾ ਪਾਸ ਹੈ ਵੋ ਸਾਹਮਣੇ ਕਿਸ ਕੋ ਕਿਆ ਹੁਆ ਸੇ ਭੱਬੂ ਨਿਕਲੇਗਾ ਕਿੰਨੇ ਆਖੇ ਦੇ ਨਿਕਲੇਗਾ ਸ਼ਹਿਰ ਯਾਰ ਛੋਟੇ ਫਜ਼ਾਨ ਕੋ ਜਾਏ ਆ ਫੁੱਲੇ ਬਹੁਤ ਸ਼ੌਕ ਸੇ ਬੱਚੇ ਲੇਤੇ ਔਰ ਯੇ ਦੇਖੇ ਦੋਨੋਂ ਕੀ ਤਰਫ ਇਸਕਾ ਵੀ ਮੂੰਹ ਦੇਖ ਲੇ ਭੱਬੂ ਨਿਕਲਾ ਔਰ ਇਸਕਾ ਮੂੰਹ ਵੀ ਦੇਖ ਲੇ ਦੋਨਾਂ ਦੇ ਭੱਬੂ ਨਿਕਲੇ ਹੋਏ ਆ ਮੇਰੇ ਕਸਟਮਰ ਦੋਵੇਂ ਆਏ ਥੇ ਭੱਬੂ ਨਿਕਲੇ ਔਰ ਤੀਸਰੀ ਕਿਸਕਾ ਵੀ ਦੇਖ ਲੇ ਥੋੜਾ ਭੱਬੂ ਨਿਕਲ ਰਿਹਾ ਹਾਂਜੀ ਨਾ ਕਿਆ ਪੱਕਾ ਲਾਣੀ ਆ ਹਮਨੇ ਨਹੀਂ ਲਾਈ ਨਾ ਨਹੀਂ ਲਾਈ ਦਰਸ ਮੇ ਕੋਈ ਵੀ ਨਹੀਂ ਹੈ ਅੱਜ ਆਏਂਗੇ ਲੈਣ ਹਮ ਬਾਂਦਰ ਵਾਲੀ ਅੱਛਾ ਇਹ ਕਿਉਂ ਆਇਆ ਤੇਰੇ ਮੂੰਹ ਤੇ ਇਸਕੇ ਵੀ ਯਾਰ ਭੱਬੂ ਨਿਕਲ ਆਇਆ ਪਿੱਛੇ ਕਰਨਾ ਓਏ ਹੋਏ ਹੋਏ ਯੇ ਦੇਖੇ ਭੱਬੂ ਦਰਦ ਹੁੰਦੀ ਆ ਕਿੰਨੀ ਗੱਲ ਹਾਏ ਯਾਰ ਅਭੀ ਚਲਤੇ ਹੈ ਬਾਂਦਰ ਲੈਣੇ ਕੋਈ ਦੋਸਤ ਕੋ ਲੈ ਲੈਤੇ ਹੈ ਵੋ ਪਿੱਛੇ ਪਕੜ ਕਰ ਬੈਠ ਜਾਏਗਾ ਤੋ ਇਨਸ਼ਾਅੱਲਾ ਕੋ ਉਧਰ ਸੇ ਲੇਕਰ ਉਧਰ ਸੇ ਨਿਕਲਦੇ ਹੈ ਜਲਦੀ ਲੈ ਬਾਈਕ ਪਰ ਚਲਤੇ ਕਾਦੀ ਬਾਂਦਰ ਆ ਗਿਆ ਪੁੱਤਰ ਤੇ ਹੈ ਬਾਂਦਰ ਦੇ ਹੱਥ ਮਾਚਸ ਲੱਗ ਗਈ ਉਹਰੇ ਪਿੰਡ ਨੂੰ ਅੱਗ ਲਾਤੀ ਹਾਂ ਤੇ ਹੁਣ ਬਾਂਦਰ ਦੇ ਹੱਥ ਬਾਂਦਰ ਆ ਗਏ ਚਲੇ ਫਿਰ ਚਲਨੇ ਚਲੋ ਚਲੇ ਚਲੇ ਫਿਰ ਚਲੋ ਇਹ ਜੀ ਦੋ ਪੜੇ ਹੋਏ ਆ ਸੇਬ ਲੋੜ ਸੇ ਆਏ ਥੇ ਔਰ ਤਬ ਕੇ ਪੜੇ ਹੀ ਹੋਏ ਆਪ ਫਿਰ ਗਾੜੀ ਪਰ ਆ ਜਾਓ ਸਾਈਕਲ ਇਹ ਜੀ ਗਾੜੀ ਪਰ ਆਏਗੇ ਹਮ ਬਾਈਕ ਪਰ ਚਲਦੇ ਹਾਂ
ਨਹੀਂ ਨਹੀਂ ਤੁਸੀਂ ਜਾਓ ਮਿਹਰਬਾਨੀ। ਨੇਕੀ ਕਾ ਕੰਮ ਕਰ ਦਿੱਤਾ ਯਾਰ, ਗੇਟ ਖੋਲ ਦਿੱਤਾ, ਹੁਣ ਉਹਨਾਂ ਨੇ ਗਾੜੀ ਨਿਕਾਲਣੀ ਆ ਆਪਣੀ। ਹਮ ਵੀ ਬਾਈਕ ਇੱਧਰ ਸੇ ਗੁਜ਼ਾਰ ਲੈਂਦੇ ਹਾਂ। ਚਲੋ ਜੀ, ਤਾਂ ਘਰ ਸੇ ਲੇਗਾ ਨਾ ਉਹਦਾ, ਛੋੜ ਦੇਣ ਆਰਾਮ ਨਾਲ, ਆਰਾਮ ਨਾਲ, ਆਰਾਮ ਨਾਲ। ਇਹ ਘਰ ਪਹੁੰਚ ਗਿਆ ਔਰ ਦਾਣੇ ਛੋੜ ਕਰ ਦਸਤੀ ਲੈ ਕਰ ਆਤੇ ਹੈ ਬਾਂਦਰ ਕੋ। ਇਹ ਕੀ ਕਰ ਰਹੇ ਹੋ? ਛਾਬੀਆਂ ਬਣਾਉਣੀਆਂ ਜੀ। ਅੱਛਾ ਜੀ, ਛਾਬੀਆਂ ਕੇ ਲਈ ਇਹ ਇਸਤੇਮਾਲ ਹੋਣਾ ਹੈ ਵੀ ਆ ਗਏ ਫਿਰ ਗਰਮੀਆਂ ਕੋ। ਸਹੀ ਹੈ, ਆਪਕੋ ਮਿਲਦੇ ਹਾਂ ਡੇਰੇ ਪਰ। ਮਸ਼ੀਨ ਪਰ ਪਹੁੰਚ ਗਏ ਹਾਂ ਔਰ ਇੱਧਰ ਐਸੇ ਫੈਂਕ ਦਿੱਤੇ ਹਾਂ ਔਰ ਬਾਈ ਖਬਰ ਤੋਲ ਲੇਂਗੇ, ਹਮ ਚਲਤੇ ਹਾਂ ਬਾਂਦਰ ਲੈਣ। ਦੇਖੀਦਾ ਜੀ, ਚਲੋ ਜੀ ਆਰਾਮ ਨਾਲ। ਪੰਗੇ ਲੈ ਰਿਹਾ ਜਾ ਕੇ, ਓਏ ਗਿਰ ਜਾ ਗਈ, ਕਾਮ ਸ਼ਾਮ ਚੱਲ ਰਿਹਾ ਡੇਰੇ ਪਰ, ਉਹਦੇ ਨਾਲ ਪੰਗੇ ਲੈ ਰਿਹਾ ਜੀ, ਦੇਖਣਾ ਚਾਹੀਏ। ਸਹੀ ਹੈ, ਸਹੀ ਹੈ, ਲੱਗਾ ਰਹਿ ਨਿਊ ਤੋਹਫਾ ਯੇ ਲੈਣੇ ਆਏ ਹੈ। ਦੇਖੇ ਇੱਧਰ, ਉਹ ਖਲੋ ਜਾਓ, ਬਚ ਗਈ ਆ। ਠੀਕ ਆ, ਮੈਂ ਜਨਾਬ ਅਬ ਆ ਗਏ ਹਾਂ, ਅਭੀ ਪਹੁੰਚੇ ਹਾਂ, ਹਮ ਕਾਫੀ ਦੇਰ ਕੇ ਪਹੁੰਚ ਗਏ ਹਾਂ। ਪਾਣੀ ਬਾਰ ਬਾਰ ਠੀਕ ਹੈ, ਮੈਂ ਫੜ ਲਾ, ਉਹ ਗਈ। ਅੱਛਾ ਕੋਈ ਨੀ, ਖੋਲ ਲੈਂਦੇ ਹਾਂ। ਠੀਕ ਆ, ਨਾਮ ਰੱਖਣਾ ਮੌਂਕੀ, ਠੀਕ ਹੈ, ਹੈ ਹੀ ਮੌਂਕੀ ਆ, ਸ਼ਕਲ ਤੇਰੇ ਨਾਲ ਮਿਲਦੀ ਹੈ, ਕੁੱਤਿਆਂ ਤੋਂ ਇਹਨੂੰ ਦੂਰ ਰੱਖਣਾ। ਓਏ ਓਏ ਓਏ, ਇੱਧਰ ਆ, ਮੇਰੀ ਗੱਲ ਸੁਣ। ਵਲੌਗਰ ਨੰਬਰ 2 ਓ ਖਲੋ ਜਾ, ਫਰਕਰ ਦਿੰਦ ਫਰਨਾ ਇੱਥੇ ਸਾਹਮਣੇ ਲਿਆ ਕੇ ਕੈਮਰੇ ਤੇ ਦਿਖਾਈਏ ਜ਼ਰਾ, ਹੈਲੋ ਕਰੋ ਯਾਰ ਨਾ ਬਣਾਈ, ਛੋੜ ਦੇ, ਛੱਡ ਦੇ, ਕਿੱਥੇ ਫੜਦੇ ਰਹਿਣੀ ਆ ਸਾਹਮਣੇ ਬਣਾ। ਉਹ ਦੇਖ ਉਹਨੇ ਫੜ ਲਿਆ, ਐ ਵੇ ਗੰਦੀ ਦਾ ਭੋਏ, ਫੜ ਅਗਲੀ ਸਾਈਡ ਤੋਂ। ਓ ਖਲੋ ਜਾ, ਤੂੰ ਡਰਨਾ ਕਿਉਂ ਪੈਣਾ, ਗਰਦਾ ਵੀ ਨਾ ਫੜ, ਐ ਦੇ ਨਾ ਕਿਚੂ ਖੁੱਲੇਗਾ ਦਾ। ਅੱਛਾ ਨਹੀਂ ਖੁੱਲਦਾ, ਅੱਛਾ ਚੱਲ ਬਿਠਾ ਇਹਨੂੰ, ਬਿਠਾ ਸੀਟ ਤੇ, ਅੱਗੇ ਬਿਠਾਣਾ ਇਹਨੂੰ, ਅੱਗੇ ਬਿਠਾਣਾ, ਫਿਰ ਆਪੇ ਚਲਾਏਗਾ, ਹੈ ਇਹ ਸਾਰਾ ਕੁਝ ਐ ਹੀ ਕਰੇਗਾ। ਚਲੋ ਉਹਨੂੰ ਮੋਟਰਸਾਈਕਲ ਚਲਾਉਣ ਦਿਓ, ਤੁਸੀਂ ਦੋਵੇਂ ਪਿੱਛੇ ਬਹਿਓ। ਹਾਂ ਅਸੀਂ ਦੋਨੇ ਪਿੱਛੇ ਬਹਿੰਦੇ ਨਾ, ਨਾ ਅੱਗੇ ਬਾਹ ਲੈ, ਹੈਂਡਲ ਤੇ ਬਿਠਾ ਲੈ, ਤੂੰ ਬਿਠਾਣਾ ਇੱਥੇ ਬਿਠਾਉਂਦੇ ਯਾਰ, ਮੈਂ ਦਾੜੀ ਵਾਲੇ ਇੱਥੇ ਨਹੀਂ ਬਿਠਾਉਂਦੇ, ਤੂੰ ਅਹਿਮਦ ਮਦਾੜੀ ਵਾਲਾ ਪਿੱਛੇ ਫੜੇਗਾ। ਹਾਂ ਮੈਂ ਫੜ ਲੈਣਾ, ਚਲ ਫੇਰ ਠੀਕ, ਮੈਂ ਇਹਨੂੰ ਮੋਟੇ ਤੇ ਬਿਠਾ ਲੈਣਾ। ਬਿੱਲੂ ਨੇ ਵੀ ਜਾਣਾ ਲੱਗਦਾ, ਕੀ ਕਹਾਂ, ਪਿਸ਼ਾਬ ਇਸਨੇ ਕਰਦੀ ਆ ਮੇਰੇ ਉੱਪਰ, ਚੈੱਕ ਚਲਦੇ ਆ ਵਾਪਸੀ। ਬੱਚੋਂ ਕਾ ਤਾਂ ਤਮਾਸ਼ਾ, ਆਤੇ ਹੀ ਇਸਕੇ ਦੁਆਲੇ ਹੋ ਗਏ ਔਰ ਇਧਰ ਮੈਨੇ ਬੰਨ ਦੀ ਆ ਬਾਹਰ, ਟਰੈਕਟਰ ਅਭੀ ਨਹੀਂ ਆ ਇਧਰ ਮਾਰਾ, ਉਹ ਨੀਚੇ ਖਾ ਰਹੀ ਹੈ ਬਿਸਕਿਟ। ਦੇਖੇ ਯਾਰ ਬੱਚੇ, ਉਹ ਜਾਓ ਦੌੜ ਜਾਓ, ਜਾ ਦਾਲ ਦੇ ਕੇ ਘਰ।
ਸਮੀਰ ਭਾਈ ਵੀ ਬਾਂਦਰੀ ਦੇਖਣ ਆਇਆ ਹਮਾਰੀ ਆਪਕਾ ਲੱਗ ਰਿਹਾ ਮੈਨੇ ਜੀ ਕੋਲੇ ਕੇ ਸਾਥ ਬਾਂਧ ਦੀ ਔਰ ਸਾਹਮਣੇ ਆਪਣੀ ਜੂਵੇਂ ਫੋੜ ਰਹੀ ਹੈ ਉਹ ਦੇਖੇ ਅਬ ਦੇਖਣਾ ਇਹ ਮੰਕੀ ਡਰ ਰਹੀ ਹੈ ਫਜ਼ਾਨ ਸੇ ਓਏ ਮੰਕੀ ਖੋਲੋ ਮੰਕੀ ਦੇਖੇ ਦੇਖੇ ਇਸਕੇ ਯਾਰ ਦੇਖ ਲੇ ਉੱਪਰ ਉੱਪਰ ਜੋ ਚਲਾ ਗਿਆ ਅੱਜ ਕਾ ਵਲੋਗ ਪਿਆਰਾ ਸਾ ਇਧਰ ਐਂਡ ਕਰਤੇ ਹੈ ਉਮੀਦ ਹੈ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੋਂ ਮਿਲਤੇ ਹੈ ਕੱਲ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਦੀਜੀ ਆਪਣੇ ਮਤ ਕੋ ਇਜਾਜ਼ਤ ਬਹੁਤ ਸਾਰਾ ਪਿਆਰ ਦੋਵਾਂ ਮਿਆਰ ਰੱਖਣਾ ਤੋਂ ਪੇਜ ਕੋ ਵੀ ਫਾਲੋ ਕਰ ਲੈਣਾ ਅਭੀ ਦਸਵੇਂ ਸ਼ਾਇਦ ਜਾਊਂ ਜਾਂ ਨਾ ਜਾਊਂ ਇਨਸ਼ਾਅੱਲਾ ਭਾਈ ਕੇ ਪਾਸ ਥੋੜ੍ਹੀ ਜਿਹੀ ਗੱਪ ਸ਼ਪ ਲਗਾਣੇ ਆਜ ਵਲੋਗ ਇਧਰ ਐਂਡ ਕਰਤਾ ਹੂੰ ਤੋ ਸ਼ੁਕਰ ਬੁਗਲ ਫੁੱਲ ਲਗੇ ਕਰੇਗਾ ਬੰਦਰੀ ਮੰਕੀ ਕੇ ਸਾਥ।